ਪਹਿਲਾਂ ਸਰਕਾਰ ਆਤੰਕਵਾਦੀ ਘੋਸ਼ਿਤ ਕਰਦੀ ਹੈ ਗੋਲਡੀ ਨੂੰ, ਉਸ ਤੋਂ ਬਾਅਦ ਉਹਦੀ ਵੀਡੀਓ ਨੂੰ ਵਾਇਰਲ ਕਰਦੀ ਹੈ ਚੈਨਲਾਂ ਦੇ ਉੱਤੇ। ਕੋਈ ਨਾ ਕੋਈ ਰੇੜਕਾ ਜਿਹਾ ਪਈ ਜਾਂਦਾ ਲੇਟ ਹੋਣ ਵਾਲਾ। ਤੁਸੀਂ ਤਾਂ ਵਿੱਚੋਂ ਗੱਲ ਦੀ ਸੱਚਾਈ ਕੱਢ ਕੇ ਲੋਕਾਂ ਦੇ ਸਾਹਮਣੇ ਰੱਖਣੀ ਹੈ, ਨਾ ਕਿ ਜੋ ਤੁਹਾਨੂੰ ਬਦਮਾਸ਼ ਕਹਿਣਗੇ ਜਾਂ ਮੈਂ ਤੁਹਾਨੂੰ ਕਹਾਂ। ਕੋਈ ਵੀ ਪਰਸਨ ਆਪਣੀ ਮਰਜ਼ੀ ਮੁਤਾਬਕ ਤੁਹਾਨੂੰ ਥੋੜ੍ਹਾ ਵਰਤ ਸਕਦਾ। ਦੋਸ਼ੀ ਤਾਂ ਫਿਜ਼ੀਕਲੀ ਪੇਸ਼ ਹੋਏ ਨੇ, ਬਾਕੀ VC ਰਾਹੀਂ ਹੋਏ ਨੇ, ਔਰ ਕੁਛ ਸਾਡੇ ਵੱਲੋਂ ਕੁਛ ਰਿਕਾਰਡ ਮੰਗਿਆ ਗਿਆ, ਉਹ ਅਗਲੀ ਤਰੀਕ ਹੈ ਜਿਹੜੀ ਉਹ 8 ਫਰਵਰੀ ਪਈ ਹੈ, ਫਿਰ ਉਸ ਤੋਂ ਬਾਅਦ ਜਿਹੜੀ ਸ਼ਾਇਦ ਮੈਂ ਸੰਭਵ ਹੋਊਗੀ ਇਹ ਚਾਰਜ ਬਰੇਨ ਕਰ ਲਿਆ। ਕੀ ਕਹੋਗੇ ਲਗਾਤਾਰ ਜਿਹੜਾ ਇਨਸਾਫ਼ ਦੀ ਮੰਗ ਨੂੰ ਲੈ ਕੇ ਹਰ ਇੱਕ ਪਾਰਟੀ ਕੋਲ ਗਹਾਰ ਵੀ ਲਗਾ ਚੁੱਕੇ, ਹਾਲੇ ਵੀ ਜਿਹੜੇ ਮੁਲਜ਼ਮ ਬਾਹਰ ਨੇ? ਕਿਹੜਾ ਤਾਂ ਇਹ ਵੀ ਥੋੜ੍ਹੀ ਨਿਰਾਸ਼ੀ ਹੁੰਦੀ ਹੈ ਥੋੜ੍ਹੀ ਇਸ ਗੱਲ ਨੂੰ ਲੈ ਕੇ ਵੀ ਇੰਨੀ ਮਿਹਨਤ ਕਰਦੇ ਹਾਂ ਪਰ ਫਿਰ ਵੀ ਕੰਮ ਬਹੁਤ ਸਲੋ ਚੱਲ ਰਿਹਾ। ਚਲੋ ਉਹ ਹੁਣ ਅਦਾਲਤ ਦੀ ਆਪਣੀ ਮਰਿਆਦਾ ਹੁੰਦੀ ਜਿਸ ਤਰ੍ਹਾਂ ਸਾਰੇ ਦੋਸ਼ੀਆਂ ਨੂੰ ਆਪਦਾ ਪੱਖ ਰੱਖਣ ਦਾ ਹੱਕ ਹੈ। ਉਵੇਂ ਕੋਈ ਨਾ ਕੋਈ ਰੇੜਕਾ ਜਿਹਾ ਪਈ ਜਾਂਦਾ ਲੇਟ ਹੋਣ ਵਾਲਾ, ਤਾਂ ਹੁਣ ਵੀ ਲੱਗੀ ਹੈ ਵੀ ਨੇੜੇ ਸ਼ਾਇਦ 1-2 ਤਰੀਕਾਂ 'ਤੇ ਚਾਰਜ ਫਰੇਮ ਹੋ ਜਾਣ ਸ਼ਾਇਦ। ਅੱਗੇ ਤੁਸੀਂ ਕਹਿੰਦੇ ਸੀ ਵੀ ਅਦਾਲਤਾਂ 'ਤੇ ਭਰੋਸਾ, ਅੱਜ ਫਿਰ 1 ਤਰੀਕ ਅੱਗੇ ਪੈ ਗਈ, ਪਹਿਲਾਂ ਵੀ ਇਹੀ ਗੱਲ ਹੋਈ ਸੀਗੀ? ਨਹੀਂ ਰਾਜੇ, ਭਰੋਸਾ ਤਾਂ ਹੈਗਾ ਹੀ ਹੈ। ਦੇਖੋ ਕੋ ਹੁਣ ਭਰੋਸਾ ਇਹ 'ਤੇ ਤਾਂ ਪ੍ਰੋਸੈਸ ਹੈ ਇੱਕ। ਹੁਣ ਜੇ ਕੋਈ ਬੰਦਾ ਐਪਲੀਕੇਸ਼ਨ, ਅੱਜ ਆਪਾਂ ਕਿਹਾ ਐਪਲੀਕੇਸ਼ਨ ਦੇ ਕੇ ਵੀ ਸਾਨੂੰ ਆਹ ਫਲਾਨਾ ਰਿਕਾਰਡ ਮਿਲਣਾ ਚਾਹੀਦਾ, ਤਾਂ ਹੁਣ ਕੋਰਟ ਨੂੰ ਮੰਨਣੀ ਪੈਂਦੀ ਹੈ ਉਹ ਗੱਲ ਤਾਂ ਜਿਹੜਾ ਕੋਈ ਐਪਲੀਕੇਸ਼ਨ ਲੱਗਦਾ। ਹਾਂ, ਜਿਹੜਾ ਦੂਜਾ ਸਰਕਾਰਾਂ ਦਾ ਜਿਹੜਾ ਰਵੱਈਆ ਉਹ ਇਸ ਤੋਂ ਵੀ ਜ਼ਿਆਦਾ ਨਿਰਾਸ਼ਾਜਨਕ ਹੈ। ਹੁਣ ਤੁਸੀਂ ਵੀਡੀਓ 'ਤੇ ਲਾ ਲਓ, ਹੁਣ ਜਿੱਦਾਂ ਲਾਰੈਂਸ ਦੀ ਹਾਈ ਕੋਰਟ ਮੰਨ ਜੋ ਅਦਾਲਤ ਦੇ ਦਖਲ ਦੇਣ ਦੇ ਨਾਲ ਹਟ ਗਈ, ਨਾਲ ਦੀ ਨਾਲ ਹੀ 1 ਹਫ਼ਤਾ ਪਹਿਲਾਂ ਸਰਕਾਰ ਆਤੰਕਵਾਦੀ ਘੋਸ਼ਿਤ ਕਰਦੀ ਹੈ ਗੋਲਡੀ ਨੂੰ, ਉਸ ਤੋਂ ਬਾਅਦ ਉਹਦੀ ਵੀਡੀਓ ਨੂੰ ਵਾਇਰਲ ਕਰਦੀ ਹੈ ਚੈਨਲਾਂ ਦੇ ਉੱਤੇ, ਤਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਅੱਗੇ ਜਿਹੜਾ ਤੁਹਾਡਾ ਮੀਡੀਆ ਇਹ ਇੱਕ ਤੀਜੇ ਥੰਮ ਵਜੋਂ ਜਾਣਿਆ ਜਾਂਦਾ ਸੀਗਾ ਸਾਡਾ, ਪਰ ਪੀੜਤਾਂ ਦੀਆਂ ਦੁਖਿਆਰਿਆਂ ਦੀਆਂ ਜਿਹੜੀਆਂ ਅਰਜ਼ੀਆਂ ਉਹਨਾਂ ਨੂੰ ਅੱਗੇ ਇਹਨਾਂ ਨੇ ਅਪਲੋਡ ਕਰਨਾ ਹੁੰਦਾ ਸੀਗਾ, ਉਹਨੂੰ ਸਮਾਜ ਦੇ ਅੱਗੇ ਲੈ ਕੇ ਆਉਣਾ ਸੀ। ਸ਼ਾਇਦ ਹੁਣ ਸਾਨੂੰ ਐਂ ਲੱਗਦਾ ਵੀ ਸੋਸ਼ਲ ਮੀਡੀਆ ਵੀ ਸ਼ਾਇਦ ਬਦਮਾਸ਼ਾਂ 'ਤੇ ਬਣ ਕੇ ਰਹਿ ਗਿਆ, ਕਿਉਂਕਿ ਜਿਸ ਤਰ੍ਹਾਂ ਉਹ ਆਪਦੀ ਮਰਜ਼ੀ ਦੇ ਨਾਲ ਸੋਸ਼ਲ ਮੀਡੀਆ ਦੀ ਰੱਜ ਕੇ ਵਰਤੋਂ ਕਰਦੇ, ਨਾ ਕਿਤੇ ਸਰਕਾਰ ਦਖਲਦਾਜੀ ਕਰਦੀ ਨਜ਼ਰ ਆਉਂਦੀ ਹੈ, ਨਾ ਕੋਈ ਕਿਤੇ ਕੋਈ ਪ੍ਰਸ਼ਾਸਨ ਦਾ ਸਾਨੂੰ ਕੋਈ ਉਹ 'ਤੇ ਐਕਸ਼ਨ ਲੈਂਦਾ ਨਜ਼ਰ ਆਉਂਦਾ ਹੈ। ਮੇਰੇ ਬੇਟੇ ਦਾ ਗਾਣਾ 24 ਘੰਟੇ ਅੰਦਰ ਬੈਨ ਕਰਕੇ ਉਹ ਮਾਰਿਆ ਪਰੇ ਸਰਕਾਰ ਨੇ, ਔਰ ਇੰਟਰਵਿਊ ਦੇਖੋ ਇਹ ਹਾਈ ਕੋਰਟ ਦੇ ਜੱਜ ਸਾਹਿਬਾਨਾਂ ਦਾ ਇੰਨਾ ਸਖਤੀ ਦੇ ਨਾਲ, ਦੇਸ਼ ਦੇ ਰਾਸ਼ਟਰ ਵਿਰੋਧੀ ਵੀ ਉਹਨੂੰ ਦੱਸਿਆ ਗਿਆ, ਯੂਥ ਵਿਰੋਧੀ ਵੀ ਉਹਨੂੰ ਦੱਸਿਆ ਗਿਆ, ਪਰੰਤੂ ਉਹਦੇ ਬਾਵਜੂਦ ਨਾਲ ਦੀ ਨਾਲ ਇੱਕ ਨਵੀਂ ਜਾਰੀ ਕਰਤੀ। ਤਾਂ ਜੋ ਸਰਕਾਰ ਹੀ ਇਹ ਚੀਜ਼ਾਂ ਨੂੰ ਗਲੋਰੀਫਾਈ ਕਰਦੀ ਹੈ, ਬਦਮਾਸ਼ਾਂ ਨੂੰ ਗਲੋਰੀਫਾਈ ਕਰਦੀ ਹੈ, ਤਾਂ ਫਿਰ ਉਹ ਕਿਉਂ ਕਰਾਉਣ? ਲੱਗਦਾ ਨਹੀਂ ਇੱਕ ਪਾਸੇ ਬਚਣ ਦੀਆਂ ਕੋਸ਼ਿਸ਼ਾਂ ਅਤੇ ਦੂਸਰੇ ਪਾਸੇ ਗੋਲਡੀ ਕਹਿੰਦਾ ਵੀ ਭਾਈ ਨੇ ਕਿਹਾ ਸੀਗਾ ਵੀ ਅਸੀਂ ਕਰਾਏ? ਬਿਲਕੁਲ, ਉਹ ਤਾਂ ਉਹਨਾਂ ਦੇ ਦੂਰੇ ਮਾਪਦੰਡ ਹੈ ਜੀ, ਇਹ ਤਾਂ ਕੱਠ ਪੁਤਲੀਆਂ ਨੇ ਜੀ, ਇਹ ਤਾਂ ਜਿੰਨਾ ਜੋ ਮੈਂ ਤਾਂ ਉਹੀ ਤਾਂ ਗੱਲ ਕਹਿੰਦਾ, ਮੀਡੀਆ ਨੂੰ ਆਜ਼ਾਦ ਤੌਰ 'ਤੇ ਆਪਣੀ ਮਰਜ਼ੀ ਨਾਲ ਸਵਾਲ ਪੁੱਛਣੇ ਚਾਹੀਦੇ। ਹੁਣ ਜੇ ਮੈਂ ਤੁਹਾਨੂੰ ਇਹ ਗੱਲ ਕਹਾਂ ਵੀ ਤੁਸੀਂ ਮੈਥੋਂ ਆਹ ਚੀਜ਼ ਪੁੱਛੋ ਅਤੇ ਆਹ ਮੈਂ ਤੁਹਾਨੂੰ ਦੱਸੂੰਗਾ, ਫਿਰ ਪ੍ਰੈਸ ਕਾਹਦੀ ਰਹੇਗੀ? ਤੁਸੀਂ ਤਾਂ ਵਿੱਚੋਂ ਗੱਲ ਦੀ ਸੱਚਾਈ ਕੱਢ ਕੇ ਲੋਕਾਂ ਦੇ ਸਾਹਮਣੇ ਰੱਖਣੀ ਹੈ, ਨਾ ਕਿ ਜੋ ਤੁਹਾਨੂੰ ਬਦਮਾਸ਼ ਕਹਿਣਗੇ ਜਾਂ ਮੈਂ ਤੁਹਾਨੂੰ ਕਹਾਂ। ਕੋਈ ਵੀ ਪਰਸਨ ਆਪਣੀ ਮਰਜ਼ੀ ਮੁਤਾਬਕ ਤੁਹਾਨੂੰ ਥੋੜ੍ਹਾ ਵਰਤ ਸਕਦਾ ਪੱਤਰਕਾਰ ਨੂੰ। ਤੁਹਾਡੇ 'ਤੇ ਲੋਕਾਂ ਦੀਆਂ ਕਾਫ਼ੀ ਉਮੀਦਾਂ ਹੁੰਦੀਆਂ ਨੇ ਵੀ ਤੁਸੀਂ ਸਹੀ ਗੱਲ ਨੂੰ ਸਰਚ ਕਰਕੇ ਲੱਭ ਕੇ ਲੋਕਾਂ ਦੇ ਅੱਗੇ ਰੱਖੋਗੇ।